ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਲਰਕ ਦੀ ਜਿਹੜੀ ਵੈਕੈਂਸੀ ਹੈ ਉਹ ਆ ਚੁੱਕੀ ਹੈ ਤੇ ਇਹਦੀ ਜਿਹੜੀ ਅਪਲੀਕੇਸ਼ਨ ਸਟਾਰਟ ਡੇਟ ਹੈ ਉਹ 24/2/2023 ਤੋਂ ਲੈ ਕੇ ਤੁਸੀਂ 17 ਮਾਰਚ 2023 ਤੱਕ ਇਹਦੇ ਲਈ ਜਿਹੜਾ ਆਨਲਾਈਨ ਅਪਲਾਈ ਆ ਉਹ ਕਰ ਸਕਦੇ ਹੋ ਇਹਦੇ ਵਿੱਚ ਟੋਟਲ ਪੋਸਟਾਂ 157 ਨੇ ਜਿਦੇ ਵਿੱਚ ਜਨਰਲ ਕੈਟਾਗਰੀ ਦੇ 109 ਐਸਸੀ ਐਸਟੀ ਬੀਸੀ ਦੀਆਂ 14 ਐਸਐਮ ਦੀਆਂ 2 ਤੇ ਡਿਸੇਬਿਲਟੀ ਵਾਲੇ ਪਰਸਨ ਦੀਆਂ ਸੱਤ-ਸੱਤ ਜਿਹੜੀਆਂ ਵੈਕੈਂਸੀਆਂ ਇਹਦੇ ਵਿੱਚ ਆਈਆਂ ਹੋਈਆਂ ਨੇ ਆਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਏਜ ਲਿਮਿਟ ਦੀ ਗੱਲ ਕਰੀ ਤਾਂ 30 ਸਾਲ ਤੋਂ ਜ਼ਿਆਦਾ ਤੇ 18 ਸਾਲ ਤੋਂ ਘੱਟ ਤੁਹਾਡੀ ਏਜ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਬਾਕੀ ਐਸਸੀ ਐਸਟੀ ਬੀਸੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ 3 ਸਾਲ ਦਾ ਤੇ ਪਰਸਨ ਵਿਦ ਡਿਸੇਬਿਲਟੀ ਨੂੰ 10 ਸਾਲ ਦਾ ਇਸ ਤੇ ਰਿਲੈਕਸੇਸ਼ਨ ਹੈ ਜਿਹੜਾ ਉਹ ਦਿੱਤਾ ਹੋਇਆ ਹੈ ਤੇ ਇਹਦੇ ਲਈ ਤੁਹਾਡਾ ਜਿਹੜਾ ਹੈਗਾ ਰਿਟਨ ਟੈਸਟ ਉਹ ਲਿਆ ਜਾਵੇਗਾ ਕਵੈਲੀਫਿਕੇਸ਼ਨ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਜਿਹੜੀ ਹੈਗੀ ਹੈ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਚਾਹੇ ਆਰਟਸ ਹੋਵੇ ਕਾਮਰਸ ਹੋਵੇ ਸਾਇੰਸ ਸਟਰੀਮ ਹੋਵੇ ਕੋਈ ਵੀ ਸਟਰੀਮ ਹੋਵੇ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਜਿਹੜੀ ਹੈਗੀ ਹੈ ਇੱਕ ਡਿਗਰੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਵਰਡ ਪ੍ਰੋਸੈਸਿੰਗ ਸਪਰੈਡਸਿਟੀ ਯਾਨੀ ਕਿ ਕੰਪਿਊਟਰ ਤੇ ਜਿਹੜਾ ਕੰਮ ਹੈ ਉਹ ਆਉਣਾ ਚਾਹੀਦਾ ਹੈ ਜਿਵੇਂ ਵਰਡ ਐਕਸਲ ਹੋ ਗਿਆ ਇਹ ਤੁਹਾਨੂੰ ਜਿਹੜੇ ਹੈਗੇ ਨੇ ਇਹਨਾਂ ਵਾਸਤੇ ਇਹਦੇ ਵਿੱਚ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਤੁਹਾਨੂੰ ਆਣੇ ਜ਼ਰੂਰੀ ਨੇ ਉਸ ਤੋਂ ਬਾਅਦ ਆਪਾਂ ਫੀਸ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਜਿਹੜੀ ਫੀਸ ਹੈ ਉਹ ਦੇਖ ਸਕਦੇ ਹੋ ਆਨਲਾਈਨ ਫੀਸ ਕਿੰਨੀ ਹੈ ਤੇ ਐਗਜ਼ਾਮੀਨੇਸ਼ਨ ਫੀਸ ਕਿੰਨੀ ਹੈ ਆਪਣੀ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਤੁਸੀਂ ਇੱਥੇ ਦੇਖ ਲੈਣਾ ਉਸ ਤੋਂ ਬਾਅਦ ਕੁਝ ਜਨਰਲ ਇਨਸਟਰਕਸ਼ਨਸ ਦੇ ਰੱਖਿਆ ਨੇ ਜਿਹੜੀਆਂ ਕਿ ਮੰਡੀਟਰੀ ਤੁਹਾਡੇ ਕੋਲ ਤੁਹਾਡੇ ਲਈ ਨਹੀਂ ਨੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਮੋਡ ਆਫ ਸਿਲੈਕਸ਼ਨ ਤੇ ਮੋਡ ਆਫ ਸਿਲੈਕਸ਼ਨ ਦੇ ਵਿੱਚ ਕੀ ਹੋਊਗਾ ਤੁਹਾਡਾ ਜਿਹੜਾ ਇਹਦੇ ਵਿੱਚ ਰਿਟਨ ਟੈਸਟ ਹੈ ਉਹ ਲਿਆ ਜਾਵੇਗਾ ਜਿਸ ਦੇ ਵਿੱਚ 네ਗੇਟਿਵ ਮਾਰਕਿੰਗ ਵੀ ਰੱਖੀ ਗਈ ਹੈ ਜਿਸ ਦੇ ਵਿੱਚ 0.25 ਮਾਰਕਸ ਤੁਹਾਡੇ ਕੱਟੇ ਜਾਣਗੇ ਇੰਗਲਿਸ਼ ਕੰਪੋਜੀਸ਼ਨ 150 ਮਾਰਕਸ ਦਾ ਜਨਰਲ ਨੋਲੇਜ 50 ਨੰਬਰ ਦੀ ਪ੍ਰੀਸਾਈਜ਼ ਰਾਈਟਿੰਗ 50 ਮਾਰਕਸ ਹਿੰਦੀ ਦੇਵਨਾਗਰੀ ਔਰ ਪੰਜਾਬੀ ਗੁਰਮੁਖੀ ਦੇ ਵਿੱਚ 50 ਮਾਰਕਸ ਦੀ ਤੁਹਾਡੀ ਜਿਹੜੀ ਉਹ ਹੋਵੇਗੀ ਭਾਵੇਂ ਹਿੰਦੀ ਜਾਂ ਫਿਰ ਪੰਜਾਬੀ ਦੋਨਾਂ ਵਿੱਚ ਕੋਈ ਇੱਕ ਜੇਕਰ ਤੁਹਾਨੂੰ ਆਉਂਦੀ ਹੈ ਤਾਂ ਉਹ 50 ਮਾਰਕਸ ਦਾ ਹੋਊਗਾ ਐਮੇ ਟੋਟਲ ਜਿਹੜਾ ਹੈਗਾ ਇਹ 250 ਮਾਰਕਸ ਦਾ ਪੇਪਰ ਹੋਊਗਾ ਤੇ ਨੰਬਰ ਜਿਹੜੇ ਹੈਗੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਰਿਟਨ ਟੈਸਟ ਕਲੀਅਰ ਕਰਨ ਵਾਸਤੇ ਘੱਟੋ ਘੱਟ ਤੁਹਾਨੂੰ 40% ਨੰਬਰ ਲੈਣੇ ਹੋਣਗੇ ਠੀਕ ਹੈ ਜੀ ਇੱਥੇ ਲਿਖਿਆ ਰੱਖਿਆ ਹੈ ਓਵਰਾਲ 40% ਤੇ ਜਿਹੜੇ ਨੰਬਰ ਨੇ ਉਹ ਜ਼ਰੂਰੀ ਨੇ ਫਿਰ ਤੁਹਾਨੂੰ ਜਿਹੜਾ ਟਾਈਪਿੰਗ ਟੈਸਟ ਲਈ ਬੁਲਾਇਆ ਜਾਵੇਗਾ ਟਾਈਪਿੰਗ ਟੈਸਟ ਜਿਹੜਾ ਹੈਗਾ ਉਹ ਕੰਪਿਊਟਰ ਤੇ ਹੋਊਗਾ ਕੰਪਿਊਟਰ ਟਾਈਪਿੰਗ ਟੈਸਟ ਹੋਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਦਾ ਕੈਂਡੀਡੇਟ ਹੂ ਕੁਆਲੀਫਾਈ ਦੇ ਮੇਨ ਰਿਟਰਨ ਇਗਜ਼ਾਮ ਮੇ ਫਰਦਰ ਵੀ ਸ਼ਾਰਟਲਿਸਟਡ ਫॉर ਟਾਈਪਿੰਗ ਕੰਪਿਊਟਰ ਟੈਸਟ ਹੋਊਗਾ ਉਹਨਾਂ ਦਾ ਇੰਗਲਿਸ਼ ਦੇ ਵਿੱਚ ਤੇ ਆਲਸੋ ਫॉर ਵਾਈਵਾ ਬੋਸ ਤੇ ਇੱਕ ਛੋਟਾ ਜਿਹਾ ਜਿਹੜਾ ਇੰਟਰਵਿਊ ਹੈ ਉਹ ਵੀ ਕੰਡਕਟ ਕਰਵਾਇਆ ਜਾਵੇਗਾ ਟਾਈਪਿੰਗ ਸਪੀਡ ਹੈ ਮਿਨੀਮਮ 30 ਵਰਡ ਪਰ ਮਿੰਟ ਤੁਹਾਡੀ ਸਪੀਡ ਹੈ ਉਹ ਹੋਣੀ ਜ਼ਰੂਰੀ ਉਸ ਤੋਂ ਬਾਅਦ ਕੀ ਹੈ ਜੇ ਕੈਂਡੀਡੇਟਸ ਹੌਟਲਿਸਟਫਟਰ ਦੀ ਮੇਨ ਰਿਟਰਨ ਐਗਜ਼ਾਮ ਟਾਈਪਿੰਗ ਕੰਪਿਊਟਰ ਟੈਸਟ ਇੱਕ ਵਾਈਵਾ ਹੋਊਗਾ 50 ਨੰਬਰ ਦਾ ਤੁਹਾਡਾ ਉਹ ਕੰਡਕਟ ਹੈ ਉਹ ਕਰਵਾਇਆ ਜਾਵੇਗਾ ਯਾਨੀ ਕਿ ਇੱਕ ਇੰਟਰਵਿਊ ਟਾਈਪ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕ ਹੈ ਜੀ ਤਾਂ ਇਹ ਸੀਗੇ ਜੀ ਮੇਨ ਮੇਨ ਇੰਪੋਰਟੈਂਟ ਪੁਆਇੰਟ ਮੈਂ ਸਾਰੇ ਤੁਹਾਨੂੰ ਦੱਸ ਚੁੱਕਿਆ ਜੇਕਰ ਕਿਸੇ ਨੂੰ ਕੁਝ ਨਾ ਸਮਝ ਆਇਆ ਹੋਵੇ ਤਾਂ ਨੀਚੇ ਉਹ ਕਮੈਂਟ ਕਰਕੇ ਪੁੱਛ ਸਕਦਾ ਹੈ ਜਿਹੜੀ ਜੀ ਵੀ ਐਲਿਜੀਬਲ ਕੈਂਡੀਡੇਟ ਨੇ ਇਹਦੇ ਲਈ ਉਹ ਜ਼ਰੂਰ ਅਪਲਾਈ ਕਰਨ ਧੰਨਵਾਦ